ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ 'ਤੇ ਜਾਓਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਬੀਬੀਆਂ ਨੇ ਸਿਰਾਂ ਦੇ ਉੱਤੇ ਪੰਡਾਂ ਪੱਠੇ ਦੀਆਂ ਅਠਾਈਆਂ ਹੋਈਆਂ ਅਤੇ ਉਹ ਆਪਣੇ ਡੰਗਰਾਂ ਨੂੰ ਜਾ ਕੇ ਦੇਣਗੀਆਂ। ਕੋਈ ਕੁਕਿੰਗ ਦੇ ਸਾਧਨ ਹੈ ਨਹੀਂ, ਕੋਈ ਗੈਸ ਨਹੀਂ, ਕੋਈ ਕੁਛ ਨਹੀਂ ਹੈਗਾ ਅਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ। ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਅਤੇ ਜਵਾਈ ਆ ਜਾਏ ਉਹ ਵੀ ਉਸੇ ਕਮਰੇ 'ਚ ਹੁੰਦਾ, ਜੇ ਉਹਨਾਂ ਦੇ ਮੁੰਡਾ ਅਤੇ ਨੂੰਹ ਹੋਵੇ ਉਸੇ ਕਮਰੇ 'ਚ ਹੁੰਦਾ, ਜੇ ਉਹਨਾਂ ਦੇ ਕੋਲ ਮੱਝ ਹੋਵੇ ਜਾਂ ਗਾਂ ਹੋਵੇ। ਸਰਦੀ ਜਦੋਂ ਕੜਾਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ। ਗੰਗਾ ਬਹੁਤ ਪਵਿੱਤਰ ਦਰਿਆ ਹੈ, ਇਹ ਮੰਨਿਆ ਜਾਂਦਾ ਸਾਡੇ ਗ੍ਰੰਥਾਂ ਦੇ ਵਿੱਚ, ਪਰ ਜਦ ਤੋਂ ਅੰਗਰੇਜ਼ ਗਏ ਹੈ ਇਹਦੇ ਵਿੱਚ ਸਾਰਾ ਸੀਵਰੇਜ, ਸਾਰਾ ਲੈਟਰੀਨ ਦਾ ਗੰਦ, ਸਾਰਾ ਮਿਊਂਸੀਪਲ ਦਾ ਗੰਦ, ਸਾਰੀਆਂ ਫੈਕਟਰੀਆਂ ਦਾ ਗੰਦ, ਚਮੜੇ ਦੀਆਂ ਫੈਕਟਰੀਆਂ ਦਾ ਗੰਦ ਸਾਰਾ ਗੰਗਾ ਦੇ ਵਿੱਚ ਪੈਂਦਾ ਹੈਗਾ। ਹੁਣ ਮੈਨੂੰ ਤੁਸੀਂ ਦੱਸੋ ਕਿ ਇਹੋ ਜਿਹੀ ਆਜ਼ਾਦੀ ਜਿਹਦੇ ਵਿੱਚ ਹਿੰਦੂ ਦੀ ਮਜੋਰਿਟੀ ਹੋ ਗਈ, ਹਿੰਦੂ ਦਾ ਮੁਲਕ ਹੋ ਗਿਆ, ਅਤੇ ਜੇ ਉਹ ਆਪਣੇ ਪਵਿੱਤਰ ਦਰਿਆ ਨੂੰ ਨਹੀਂ ਸਾਂਭ ਸਕਦਾ ਤਾਂ ਫਿਰ ਤੁਹਾਨੂੰ ਅਤੇ ਮੈਨੂੰ ਕਿਹੜਾ ਸਾਂਭਣ ਨੂੰ ਆਊਗਾ। ਮੇਰਾ ਮਤਲਬ ਹੈ ਕਿ ਉੱਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਨਾਰਸ ਤੋਂ MP ਬਣ ਕੇ ਆਉਂਦੇ ਹੈ ਅਤੇ ਉੱਥੋਂ ਦਾ ਸਾਰਾ ਮਿਊਂਸਪੈਲਿਟੀ ਦਾ ਗੰਦ ਗੰਗਾ ਦੇ ਵਿੱਚ ਸਿੱਟਦੇ ਹੈ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਔਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ, ਕਿਸੇ ਨੂੰ 1 ਲੱਖ ਰੁਪਈਆ, ਕਿਸੇ ਨੂੰ ਕੁਛ ਵੀ ਨਹੀਂ ਮਿਲਿਆ ਹੈਗਾ। ਜਦਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀਗੀ ਕਿ ਇਹਦਾ ਫੈਸਲਾ ਕੀ ਹੋਵੇ। ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਦਾ ਨਹੀਂ ਬੁਲਾਇਆ ਗਿਆ, ਪਰ ਉਸ ਤੋਂ ਬਾਅਦ ਮੈਂ DC ਨੂੰ ਮਿਲਿਆ, ਮੈਂ ਕਿਹਾ 1 ਕਰੋੜ ਰੁਪਈਆ ਹਰੇਕ ਘਰ ਦੇ ਵਿੱਚ ਦਿਓ, ਸਾਰੀਆਂ ਨੌਜਵਾਨ ਵਿਧਵਾਵਾਂ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਅਤੇ ਇਹਨਾਂ ਦੀ ਘਰਾਂ ਵੱਲ ਦੇਖੋ ਕਿ ਕਿਵੇਂ ਥਰੇੜਾਂ ਆਈਆਂ ਹੋਈਆਂ, ਕਿਵੇਂ ਟੁੱਟੇ ਫੁੱਟੇ ਹੈ, ਇਹ ਜੇ ਠੀਕ ਕਰਾ ਦਿਓ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ। ਪਰ ਅਜੇ ਤੱਕ ਮੁਆਵਜ਼ਾ ਉਹ ਗਰੀਬਾਂ ਦੇ ਕੋਲ ਨਹੀਂ ਗਿਆ ਹੈਗਾ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਹੈ, ਸਾਰਾ ਕੁਛ ਕਰਤਾ, ਇਹ ਸਾਰਾ ਬਿਲਕੁਲ ਵੱਡੇ ਪੱਧਰ ਦੇ ਉੱਤੇ ਇਹ ਝੂਠ ਬੋਲਿਆ ਜਾ ਰਿਹਾ, ਇਹ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਅਤੇ ਨਿਰਾ ਇਹ ਝੂਠ ਦਾ ਪਲੰਦਾ। ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਹਾਂ ਕਿ 2024 ਦੇ ਵਿੱਚ ਇਲੈਕਸ਼ਨਸ ਆ ਰਹੇ ਹੈ। ਇਲੈਕਸ਼ਨਾਂ ਦੇ ਵਿੱਚ ਤੁਸੀਂ ਅਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਹਾਂ ਔਰ 2 ਮਹੀਨੇ ਬਾਅਦ ਫਿਰ ਚੀਕ ਦਿਹਾੜਾ ਪੈਂਦਾ ਕਿ ਗੌਰਮੈਂਟ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਇਹ ਨਹੀਂ ਕੀਤਾ।
ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨੁਮਾਇੰਦਾ ਚੁਣਦੇ ਆ, ਆਪਣੀ ਸਰਕਾਰ ਬਣਾਉਂਦੇ ਆ, ਜਿਹੋ ਜਿਹੇ ਹਾਲਾਤ ਉਹ ਸਰਕਾਰ ਪੈਦਾ ਕਰਦੀ ਹੈ, ਉਹੀ ਇਹ ਲੋਕ ਜ਼ਿੰਮੇਵਾਰ ਨੇ। ਫਿਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਹਾਂ? ਆਹ ਜਿਹੜੀ ਸ਼ਰਾਬ ਦੀ ਰੈਲੀ ਫੜੀ ਗਈ ਹੈ, ਇਸ ਨੇ 10,000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀਗੀਆਂ, ਜਿਹਦਾ ਮਤਲਬ ਹੈ ਕਿ ਪੋਲੀਟੀਕਲ ਪਾਰਟੀਜ਼ ਜਿਹੜੀਆਂ ਸ਼ਰਾਬ, ਭੁੱਕੀ, ਫੀਮ, ਹੇਰੋਇਨ ਵੋਟਰਸ ਨੂੰ ਦੇ ਕੇ ਵੋਟ ਲੈਂਦੀਆਂ, ਉਹ ਹੁਣ ਪੂਰੀ ਤਿਆਰੀ 'ਚ ਨੇ ਕਿ ਅਸੀਂ ਕਿੱਥੇ ਕਿੱਥੇ ਜਾ ਕੇ ਸ਼ਰਾਬਾਂ ਅਤੇ ਇਹ ਸਾਰੀਆਂ ਚੀਜ਼ਾਂ ਖਰੀਦਣੀਆਂ ਹੈਗੀਆਂ। ਇਹ ਸਾਰੀਆਂ ਰਿਸਪੋਂਸਿਬਿਲਿਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ, ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ। ਸੋ ਅਸੀਂ ਸਾਰੇ ਰਿਸਪੋਂਸੀਬਲ ਹੈ ਜਿਹੋ ਜਿਹੀ ਸਾਨੂੰ ਸਰਕਾਰ ਮਿਲਦੀ ਹੈ। ਹੁਣ ਇਹ ਮੀਟਿੰਗ ਸੱਦੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਾਖੂ, ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ, ਕੁਛ ਗੱਲਾਂ ਕਰਕੇ ਇਹ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀਗਾ। ਅੱਜ ਸਾਨੂੰ ਬੜੀ ਖੁਸ਼ੀ ਹੈ, ਮੇਰੇ ਖੱਬੇ ਬੈਠੇ ਹੈ, ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਹੈ, ਇਹਨਾਂ ਨੂੰ ਵੱਡਾ ਅਹੁਦਾ ਦਿੱਤਾ ਜਾਊਗਾ ਅਤੇ ਇਹਨਾਂ ਦਾ ਹੀ ਜਿਹੜਾ ਐਕਸਪੀਰੀਅੰਸ ਹੈ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ। ਇਲੈਕਸ਼ਨਸ ਦੇ ਕੁਛ ਕੈਂਡੀਡੇਟਸ ਅੱਜ ਅਸੀਂ ਅਨਾਊਂਸ ਕਰਨਾ ਚਾਹੁੰਦੇ ਹੈਗੇ ਹਾਂ, ਉਹ ਲਿਸਟ ਕਿੱਥੇ ਹੈ? ਹਾਂਜੀ, ਅਨੰਦਪੁਰ ਸਾਹਿਬ ਤੋਂ ਅਸੀਂ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ, ਲੁਧਿਆਣੇ ਤੋਂ ਅੰਮ੍ਰਿਤਪਾਲ ਸਿੰਘ ਛੰਦੜੇ ਨੂੰ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ, ਸੰਗਰੂਰ ਤੋਂ ਮੈਂ ਖੁਦ ਹੈਗਾ, ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ, ਕਰਨਾਲ ਤੋਂ ਹਰਜੀਤ ਸਿੰਘ ਵਿਰਕ ਹੈਗੇ ਹੈ, ਕੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੇ ਹੈ। ਬਾਕੀ ਦੇ ਥੋੜ੍ਹੇ ਜਿਹੇ ਹੋਰ ਕੈਂਡੀਡੇਟ ਹੈਗੇ ਹੈ, ਉਹਨਾਂ ਦੀ ਲਿਸਟ ਅਸੀਂ ਫੇਰ ਦੇਵਾਂਗੇ। ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ, ਅਨੰਦਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ, ਲੁਧਿਆਣੇ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ ਜੀ, ਫਰੀਦਕੋਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ, ਸੰਗਰੂਰ ਤੋਂ ਮੈਂ ਖੁਦ ਹਾਂ ਅਤੇ ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ। ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਇਲੈਕਸ਼ਨਾਂ ਦੇ ਲਈ ਡਿਕਲੇਅਰ ਕੀਤੀ ਹੈ, ਅਤੇ ਅਸੀਂ ਇਲੈਕਸ਼ਨ ਦੇ ਲਈ ਪੂਰੀ ਤਿਆਰੀ ਕੀਤੀ ਹੋਈ ਹੈ, ਅਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦੇ ਨਾਲ ਨਹੀਂ ਹੈ, ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ, ਜੋ ਕੁਛ ਇਹਨਾਂ ਨੇ ਕਿਹਾ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ। ਔਰ ਸਭ ਤੋਂ ਮਾੜੀ ਗੱਲ ਹੈ ਜਿਹੜੀ ਨਵੀਂ ਪੋਲਿਸੀ, ਪਹਿਲਾਂ ਤਾਂ ਘੱਟ ਗਿਣਤੀਆਂ ਨੂੰ ਨਿਸ਼ਾਨੇ 'ਤੇ ਰੱਖਿਆ ਜਾਂਦਾ ਸੀਗਾ, ਦੰਗੇ ਫਸਾਦ ਦੇ ਵਿੱਚ ਮਾਰ ਦਿੰਦੇ ਸੀਗੇ, ਵੱਧ ਗਿਣਤੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਗੀਆਂ, ਪਰ ਜਿਹੜੀ ਬੀ ਜੇ ਪੀ ਅਤੇ ਆਰ ਐੱਸ ਐੱਸ ਨੇ ਨਵੀਂ ਪੋਲਿਸੀ ਕੀਤੀ ਹੈ
ਕਿ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਮਰਵਾ ਦੇਣਾ, ਅਮੈਰੀਕਾ ਦੇ ਵਿੱਚ ਇਹ ਮਰਵਾਉਣ ਦੀ ਕੋਸ਼ਿਸ਼ ਕਰ ਦੇਣਾ, ਯੂਕੇ ਦੇ ਵਿੱਚ ਮਰਵਾ ਦੇਣਾ, ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰ ਦੇਣੇ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰ ਦੇਣਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰ ਦੇਣਾ, ਇਹ ਨਵੀਂ ਜਿਹੜੀ ਚੀਜ਼ ਹੈ ਅਸੈਸੀਨੇਸ਼ਨਸ ਅਬਰੋਡ ਆਫ ਸਿੱਖਸ, ਦਿਸ ਇਜ਼ ਅ ਵੈਰੀ ਸੀਰੀਅਸ ਮੈਟਰ।